ਹੈਲੋ, ਸਤਿ ਸ੍ਰੀ ਅਕਾਲ, ਨਮਸਕਾਰ, ਸਲਾਮ ਦੋਸਤੋ। ਤੇ ਚਲੋ ਅੱਜ ਗੱਲ ਕਰਦੇ ਜੀ ਤੁਹਾਡੀ ਜਿਹੜੀ ਦੁਨੀਆ ਨਾ, ਦੁਨੀਆ ਦਾ ਅੰਤ ਹੋਣ ਵਾਲਾ, ਕਿਉਂਕਿ ਬੰਦੇ ਦਾ ਦੀਨ ਧਰਮ ਰਹਿ ਨਹੀਂ ਗਿਆ। ਉਹ ਰੱਬ ਨੂੰ ਵੀ ਉੱਲੂ ਬਣਾ ਰਿਹਾ, ਭਾਵੇਂ ਉਹ ਕਲਾਕਾਰ ਦਲਜੀਤ ਦੋਸਾਂਝ ਹੋਣ ਜਾਂ ਕੋਈ ਹੋਰ ਹੋਵੇ। ਤੁਹਾਨੂੰ ਦੱਸਦਾ, ਥੋੜੇ ਦਿਨਾਂ ਤੋਂ ਮੈਂ ਵੀਡੀਓ ਨਹੀਂ ਬਣਾਈ ਤੇ ਕਈ ਲੋਕਾਂ ਨੂੰ ਐਂ ਲੱਗਿਆ ਮਰ ਗਿਆ ਜਾਂ ਕੁਛ, ਕਿੰਨਾ ਕੁਛ ਸੋਚਦੇ ਆ। ਐਂ ਕੁਛ ਨਹੀਂ ਹੁੰਦਾ, ਇੱਕ ਅੱਧੀ ਚੀਜ਼ ਤੋਂ ਮੈਂ ਦੁਖੀ ਹਾਂ। ਪਰ ਮੈਂ ਇੱਕ ਦਲਜੀਤ ਢਿੱਲੋਂ ਭਾਅ ਜੀ ਨੇ, ਬਹੁਤ ਵਧੀਆ ਇਨਸਾਨ ਨੇ, ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਦਾ। ਉਹਨਾਂ ਨੇ ਮੈਨੂੰ ਮੈਂਟਲੀ ਰਿਲੈਕਸ ਥੋੜ੍ਹਾ ਜਿਹਾ ਕੀਤਾ ਕਿਸੇ ਗੱਲੋਂ। ਮੈਂ ਮੈਂਟਲੀ ਡਿਸਟਰਬ ਸੀ, ਪਰ ਮੈਂ ਭੁੱਲਣ ਵਾਲਾ ਨਹੀਂ ਉਸ ਬੰਦੇ ਨੂੰ, ਢਿੱਲੋਂ ਸਾਹਿਬ ਨੂੰ। ਅਤੇ ਮੈਂ ਤਾਂ ਦੱਸਦਾ ਦੁਨੀਆ ਦਾ ਅੰਤ ਕਿੱਦਾਂ। ਮੈਂ ਥੋੜ੍ਹੇ ਦਿਨਾਂ ਤੋਂ ਕਿਸੇ ਕੰਮ 'ਚ ਫਿਰਦਾ ਸੀ ਅਤੇ ਮੈਂ ਇੱਕ ਜਗ੍ਹਾ ਦੇਖਦਾ ਅਤੇ ਭਗਵਾਨ ਨੂੰ ਫੁੱਲ ਚੜ੍ਹਦੇ, ਜਿਹੜੇ ਫੁੱਲ ਫੁੱਲ ਕਿੰਨੇ ਪਵਿੱਤਰ ਮੰਨੇ ਜਾਂਦੇ ਆ। ਬੰਦੇ ਲੈਂਦੇ ਆ, ਲੈ ਕੇ ਜਾ ਕੇ ਗੁਰਦੁਆਰੇ ਚੜ੍ਹਾਉਂਦੇ ਆ, ਮੰਦਰ 'ਚ ਚੜ੍ਹਾਉਂਦੇ ਆ, ਹੈਨਾ, ਅਤੇ ਉਹ ਫੁੱਲ ਆਉਂਦੇ ਕਿੱਥੋਂ। ਮੈਨੂੰ ਇੱਕ ਮੌਕਾ ਮਿਲਿਆ ਇੱਕ ਦਿਨ। ਅਤੇ ਦੂਜੇ ਪਾਸੇ ਜਿਹੜਾ ਇਨਸਾਨ ਹੈ ਉਹ ਕਿੱਦਾਂ, ਕਿਸੇ ਵੀ ਸਿਗਰਟਾਂ ਪੀਣ ਵਾਲੇ ਦੇ, ਭਾਵੇਂ ਸਿੰਗਰ ਹੋਵੇ, ਆਪਣੇ ਚਾਰ ਦੋ ਚਾਰ ਨੋਟਾਂ ਦੇ ਲਈ, ਸਿੱਕਿਆਂ ਦੇ ਲਈ, ਪੈਸੇ ਲਈ, ਆਪਣੀ ਸ਼ੋਹਰਤ ਲਈ ਕਿਸੇ ਦੇ ਵੀ ਪੱਗ ਬੰਨ ਦਿੰਦਾ। ਜੇ ਤੁਸੀਂ ਸਿੱਖ ਧਰਮ ਨੂੰ ਇਮਾਨਦਾਰ ਜਾਂ ਚੰਗਾ ਮੰਨਦੇ, ਸਿਗਰਟਾਂ ਬੀੜੀਆਂ ਨਸ਼ੇ ਕਰਨ ਵਾਲੇ ਬੰਦੇ ਮਿੰਟ ਦੇ ਵਿੱਚ ਪੱਗ ਬਣਾ ਦਿੰਦੇ ਉਹਨਾਂ ਦੇ, ਅਤੇ ਉਹਨਾਂ ਦੀ ਵੀਡੀਓ ਬਣਾ ਕੇ ਕਈ ਸਿੰਗਰ ਪਾ ਦਿੰਦੇ ਆ, ਹੈਨਾ। ਭਾਈ ਜੇ ਜਦੋਂ ਉਹਨਾਂ ਦਾ, ਜਾਂ ਤਾਂ ਉਹ ਖਾਲਸ ਬੰਦੇ ਆ ਤਾਂ ਉਹ ਚੀਜ਼ ਕਰੋ, ਹੈਨਾ, ਇਹ ਚੀਜ਼ਾਂ ਸਮਝੋ ਇਹਨਾਂ ਦਾ ਅਸਰ ਕੀ ਹੁੰਦਾ। ਹੁਣ ਆਹ ਵੀਡੀਓ ਦੇਖੋ, ਇਹਦੇ ਵਿੱਚ ਕਚਰੇ ਦੇ ਵਿੱਚ ਫੁੱਲ ਸੁੱਟੇ ਹੋਏ ਸਾਰੇ, ਅਤੇ ਇਸ ਜਿਹੜੀ ਆਹ ਕੀ ਕਹਿੰਦੇ ਨੂੰ ਮੈਨੂੰ JVC ਆ, ਇਹ ਚੱਕ ਕੇ ਫੁੱਲ ਉਹਦੇ ਕੂੜੇ 'ਚ ਪਾ ਰਹੀ ਹੈ। ਅਤੇ ਦੂਜੇ ਪਾਸੇ ਇਸੇ ਵੀਡੀਓ ਦੇ ਵਿੱਚ ਤੁਸੀਂ ਦੇਖ ਲਓ, ਗਾਹਾਂ ਚੱਲ ਕੇ ਤੇ ਥੋੜ੍ਹੇ ਜਿਹੜੇ ਸਾਫ਼ ਸੁਥਰੇ ਫੁੱਲ ਜਿੰਨੇ ਕੁ ਨਹੀਂ ਚੁੱਕ ਲਏ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਗਰੀਬਾਂ ਨੇ, ਉਹ ਚੁੱਕ ਕੇ ਰੱਖ ਲਏ ਵਾ, ਅਤੇ ਉਹੀ ਜਾ ਕੇ ਮੰਦਰ ਚੜ੍ਹਨੇ, ਉਹੀ ਗੁਰਦੁਆਰੇ ਚੜ੍ਹਨੇ, ਹੈ ਨਾ, ਅਤੇ ਉਹ ਰੱਬ ਨੂੰ ਚੜ੍ਹਨੇ। ਫਿਰ ਰੱਬ ਨੂੰ ਤੁਸੀਂ ਕਿੱਦਾਂ ਪਵਿੱਤਰ ਰਹਿਣ ਦਿੱਤਾ? ਨਹੀਂ ਰਹਿਣ ਦਿੱਤਾ ਨਾ। ਇਹ ਤੁਹਾਡਾ ਸਰਵਨਾਸ਼ ਹੋਣ ਵਾਲਾ ਸਾਰਿਆਂ ਦਾ, ਔਰ ਦੀਨ ਧਰਮ ਤੁਹਾਡੇ ਸਾਰਿਆਂ ਦੇ ਵਿਖੇ ਪਏ ਆ, ਝੂਠ ਧੋਖੇ ਸਭ ਦੇ ਖੂਨ 'ਚ ਭਰੇ ਪਏ ਨੇ, ਹੈ ਨਾ। ਕਿੰਨੇ ਬੰਦੇ ਐਵੇਂ 100-50 ਰੁਪਏ ਲਈ ਵੀ ਝੂਠ ਬੋਲਦੇ ਆ, ਤੇ ਭਗਵਾਨ ਨੂੰ ਚੜ੍ਹਨੇ ਆ, ਹੈ ਨਾ, ਤੇ ਭਗਵਾਨ ਨੂੰ ਚੜ੍ਹਾ ਕੇ ਫਿਰ ਤੁਸੀਂ ਕਿੱਦਾਂ ਮੰਨਦੇ ਹੋ? ਉੱਦਾਂ ਕਹਿੰਦੇ ਆ ਰੱਬ ਸਾਰਿਆਂ ਨੂੰ ਦੇਖਦਾ, ਕੀ ਰੱਬ ਦੇਖਦਾ? ਦੂਜੇ ਪਾਸੇ ਆ ਦਲਜੀਤ ਦੋਸਾਂਝ ਸਾਹਿਬ, ਦੇਖ ਲਓ, ਇਹ ਕਿਸੇ ਵੀ ਸ਼ੋਅ 'ਚ ਜਾਂਦੇ ਆਪਣੇ ਫਾਇਦੇ ਲਈ। ਆ ਹੁਣ ਇੱਕ ਬੰਦੇ ਦੇ ਕਾਲੇ ਦੇ ਪੱਗ ਬਣਾ ਕੇ ਕਿੰਨੀਆਂ ਉਹ ਐਕਟਿੰਗਾਂ ਕਰੀ ਜਾਂਦਾ, ਇਹਨੂੰ ਸਾਰੇ ਚੰਗਾ ਸਿਆਣਾ ਕਹੀ ਜਾਂਦੇ, ਨਾ ਬਹੁਤ ਬੜਾ ਕਰਤਾ, ਕੀ ਬੜਾ ਕਰਤਾ। ਉਹ ਸਿਰਫ ਔਰ ਸਿਰਫ ਸਿੱਧੂ ਦੀ ਜਗ੍ਹਾ ਲੈਣਾ ਚਾਹੁੰਦਾ ਕਿ ਜਿਹੜੀ ਕਦੀ ਲਈ ਨਹੀਂ ਜਾਣੀ। ਸਿੱਧੂ ਵਰਗਾ ਬਣਨਾ ਬਹੁਤ ਔਖਾ, ਬੜੇ ਤੁਰੇ ਫਿਰਦੇ ਆ, ਤੇ ਇਹ ਰੱਬ ਦੇ ਬੰਦੇ ਇੱਦਾਂ ਦੇ ਹੁੰਦੇ। ਹਰ ਬੰਦੇ 'ਚ ਰੱਬ ਨਹੀਂ ਵੱਸਦਾ ਹੁੰਦਾ, ਕਹਿੰਦੇ ਹਰ ਬੰਦੇ 'ਚ ਭਗਵਾਨ ਨਾ, ਕਈਆਂ 'ਚ ਸ਼ੈਤਾਨ ਵੀ ਵੱਸਦਾ, ਇੱਦਾਂ ਦੇ ਅੱਜ ਸ਼ੈਤਾਨ ਵੱਜਦਾ ਹੁੰਦਾ। ਇਹ ਹੁਣ ਆਹ ਜਿਹੜੀਆਂ ਹਰਕਤਾਂ ਕਰਦਾ, ਇਹ ਕਿਹੜੀਆਂ ਸਹੀ ਨੇ? ਇਹਨਾਂ ਦੀ ਮੈਨੇਜਮੈਂਟ ਇਹ ਗੇਮ ਕਰਦੀ ਆ। ਭੁੱਲ ਜਾਓ ਇਸ ਗੱਲ ਨੂੰ ਕਿ ਬਹੁਤ ਵੱਡਾ, ਉਹ ਤਾਂ ਸਿਰਫ ਮੈਨੇਜਮੈਂਟ ਪੈਸਾ ਦੇ ਲੈ ਕੇ, ਇਹ ਸਿਸਟਮ ਚੱਲਦਾ ਸਾਰਿਆਂ ਦਾ, ਐਕਟਰਾਂ ਦਾ ਵੀ, ਸਿੰਗਰਾਂ ਦਾ ਵੀ, ਤੇ ਬਾਕੀਆਂ ਦਾ ਵੀ। ਹੁਣ ਉਹ ਫੁੱਲਾਂ ਵਾਲੀ ਗੱਲ ਤੋਂ ਮੈਨੂੰ ਇਹ ਬਹੁਤ ਉੱਦਣ ਮਹਿਸੂਸ ਹੋਇਆ, ਇਸ ਕਰਕੇ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਹੈ। ਤੇ ਇੱਕ ਵੀਡੀਓ ਮੈਂ ਅਗਲੀ ਹੋਰ ਲੈ ਕੇ ਆਊਂਗਾ ਕਿ ਬੜੇ ਜਿਹੜੇ ਅਮੀਰ ਹੈ, ਬਹੁਤ ਬਹੁਤ ਅਮੀਰ ਬੰਦੇ, ਬੜੇ ਬੜੇ ਕਾਰੋਬਾਰਾਂ ਵਾਲੇ, ਉਹ ਇੱਕ ਤਰ੍ਹਾਂ ਦਾ ਭੀਖ ਹੀ ਮੰਗ ਰਹੇ ਨੇ, ਪੇ ਕੱਟ ਦੇ ਨਾਂ ਤੇ ਆਪਣੇ ਵਰਕਰਾਂ ਦਾ ਖੂਨ ਪੀ ਰਹੇ ਨੇ। ਇਹ ਕਿੱਸਾ ਦੁਨੀਆ 'ਚ ਇਹ ਕਿੱਤਾ ਚੱਲ ਰਿਹਾ, ਹੈਨਾ, ਇਹਦੇ ਬਾਰੇ ਮੈਂ ਅਗਲੀ ਵੀਡੀਓ 'ਚ ਗੱਲ ਕਰੂੰਗਾ, ਦੇਖਿਓ ਜ਼ਰੂਰ ਪਲੀਜ਼। ਥੈਂਕ ਯੂ, ਇਹਨੂੰ ਸ਼ੇਅਰ ਕਰਿਆ ਕਰੋ ਇੱਦਾਂ ਦੀਆਂ ਗੱਲਾਂ। ਇਹ ਸਿੰਗਰਾਂ ਦੇ ਬਾਰੇ ਹੁਣ ਕਈਆਂ ਨੇ ਮੈਨੂੰ ਇਹ ਗੱਲ ਕਹੀ ਕਿ ਅਸੀਂ ਤਾਂ ਬਹੁਤ ਚੰਗੇ ਸਮਝਦੇ ਸੀ, ਤੂੰ ਪੜਦੇ ਖੋਲੇ, ਕਿਉਂ ਨਾ ਖੋਲੀਏ। ਹੋਰ ਜਿਵੇਂ ਬਹੁਤ ਦੁਖੀ ਨੇ ਮੇਰੇ ਸੱਚ ਬੋਲਣ ਤੋਂ, ਕੁਛ ਇਹ ਵੀ ਕਹਿੰਦੇ ਆ ਪੜਦੇ ਵੀ ਮੈਨੂੰ ਬਹੁਤ ਵਧੀਆ ਕੀਤਾ, ਤੂੰ ਬਹੁਤ ਵਧੀਆ ਕੀਤਾ,
ਜਿਹੜੇ ਆਪ ਨਹੀਂ ਬੰਦੂਕ ਚਲਾਉਣੀ ਚਾਹੁੰਦੇ ਮੇਰੇ ਮੋਢੇ ਤੇ ਰੱਖੀ ਹੋਈ ਆ, ਮੈਂ ਤਾਂ ਹੁਣ ਚੱਕ ਲਈ ਜੀ। ਤੇ ਅਗਲੀ ਗੱਲ ਕਰਾਂਗੇ ਜੀ, ਜਿਹੜਾ ਪੇ ਕੱਟ ਦੇ ਨਾਂ ਤੇ ਬੜੇ ਬੜੇ ਰਹਿਜਾ ਬਿਲਡਰ ਦੇ ਬੰਦੇ ਬਾਰੇ ਗੱਲ ਕਰਾਂਗੇ ਕਿ ਉਹ ਬੰਦਾ ਪੇ ਕੱਟ ਕਰਾ ਰਿਹਾ ਜੀ। ਸੋਚੋ ਤੁਸੀਂ, ਹਨਾ, ਕੱਟ ਤਾਂ ਕੰਪਨੀ ਤਾਂ ਕਰ ਰਹੀ ਹੈ ਨਾ, ਭਾਵੇਂ ਉਹ ਕਰਾ ਰਿਹਾ ਜਾਂ ਕੋਈ ਕਰਾ ਰਿਹਾ, ਰਹਿਜਾ ਬਿਲਡਰ ਦੇ ਵਿੱਚ ਇੱਕ ਬੰਦਾ ਆਪਣੇ ਸਿਕਿਉਰਿਟੀ ਗਾਰਡ ਹੈ, ਉਹਦਾ ਪੇ ਕੱਟ ਹੋਇਆ, ਕਿਹੜੀ ਗੱਲ ਤੋਂ ਵੀ ਮੈਂ ਦੱਸੂੰਗਾ।